ਕਰਦੇ ਉਸ ਕਾਲ ਲਾਈਨ ਨੰਬਰ 2 ਤੇ ਜਾਣੇ ਪਹਿਲੀ ਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਲੀ ਵਸਾ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਮੈਂ ਆਪਣੇ ਡ੍ਰੰਪ ਸਾਹਿਬ ਨੂੰ ਜੀ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਬਿਲਕੁਲ 100% ਯਕੀਨਨ ਇਹਨਾਂ ਦੀ ਜਿੱਤ ਹੋਵੇ ਜੀ ਇਹਨਾਂ ਦੀ ਜਿੱਤ ਨਾਲ ਹੀ ਜੀ ਜਿਹੜਾ ਕਮਿਊਨਿਜ਼ਮ ਤੇ ਡਿਕਟੇਟਰਸ਼ਿਪਾ ਇਹਦੇ ਤੇ ਇਹ ਲਗਾਮ ਕਸੀ ਜਾਊਗੀ ਜੀ ਕਿਉਂਕਿ ਜਿਹੜੇ 트럼ਪ ਸਾਹਿਬ ਨੇ ਉਹ ਫ੍ਰੀ ਵਰਲਡ ਫ੍ਰੀ ਕੰਟਰੀ ਤੇ ਫ੍ਰੀडम ਆਫ ਸਪੀਚ ਫ੍ਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਇਹਨਾਂ ਦਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਹਦੇ ਪੂਰੇ 100% ਇਟੋ ਕੇ ਨਾਲ ਖੜੇ ਨੇ ਪਲੱਸ ਇਹ ਗੋਡ ਬlesਸ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜਾ ਇਹ ਗੋਡ ਦੇ ਉੱਤੇ ਭਰੋਸਾ ਕਰਦੇ ਨੇ ਜਿਹੜਿਆ ਨਾਸਤਿਕ ਇਹ ਕਾਮਰੇਡ ਪੱਖੀ ਲੋਕ ਨੇ ਇਹ 트੍ਰੰਪ ਸਾਹਿਬ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੇ ਨੇ ਠੋਕ ਕੇ ਉਹ ਰਸ਼ੀਅਨ ਕਮਿਊਨਿਜ਼ਮ ਦੇ ਉੱਤੇ ਚਪੇੜ ਮਾਰਦੇ ਨੇ ਠੋਕ ਕੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਬਿਲਕੁਲ 100% ਖੜੇ ਆ ਤੇ ਆ ਜਿਹੜਾ ਬਾਈ ਜੀ ਵਿਨੀਪੈਗ ਵਾਲਾ ਆਉਂਦਾ ਨਾ ਇਹਦਾ ਨੰਬਰ ਨੰਬਰ ਦੱਸੋ ਸਾਨੂੰ ਵੀ ਮਾੜੇ ਮੋੜੇ ਅਸੀਂ ਵੀ ਸੇਵਾ ਕਰੀਏ ਸਮਝ ਆਈਏ ਇਸ ਬੀਰ ਨੂੰ ਕਿੱਧਰ ਇੱਧਰ ਉਧਰ ਤੁਰਿਆ ਫਿਰਦਾ ਸੀ ਇਹਨੂੰ ਰਾਹ ਪਾਈਏ ਜੀ ਜੀ ਕਿ ਭਾਈ ਸਾਹਿਬ ਜਿਹੜਾ ਆਪਣਾ ਬਿਆਨਤ ਸਿੰਘ ਸੀਗੇ ਜੀ ਕੀ ਉਹਨਾਂ ਨੇ ਇਹ ਉਹ ਇਹ ਉਹੀ ਉਹ ਕੱਲੇ ਸੂਰਮੇ ਨੇ ਅਤੇ ਨਾਲ ਜਿਹੜੇ ਸੁੱਖੇ ਜਿੰਦੇ ਨੇ ਜੀ ਇਹ ਉਹ ਸੂਰਮੇ ਨੇ ਜਿਨ੍ਹਾਂ ਨੇ ਦਸਵੇਂ ਗੁਰੂ ਦੀ ਜੀ ਗੱਲ ਪਗਾਈ ਆ ਕਿ ਪੰਥ ਵਸੇ ਮੈਂ ਉਜੜਾਂ ਜੀ ਜਿਨ੍ਹਾਂ ਨੇ ਆਪ ਦੇ ਆਪ ਨੂੰ ਅਜਾੜ ਕੇ ਸਾਰੇ ਪੰਥ ਨੂੰ ਵਸਾਇਆ ਵਾ ਇਹ ਉਹ ਵੀਰ ਨੇ ਸਾਡੇ ਜਿਨ੍ਹਾਂ ਨੇ ਜ਼ੁਲਮ ਦਾ ਥੰਮਿਆ ਵਾ ਤਾਂ ਕਿ ਗਾਂਹ ਜ਼ੁਲਮ ਹੋਵੇ ਨਾ ਜੀ ਅਤੇ ਜੇ ਇਹ ਵੀਰ ਸਾਡੇ ਨਾ ਹੁੰਦੇ ਨਾ ਤਾਂ ਹੁਣ ਨੂੰ ਤਾਂ ਉਹ ਜਿਹੜਾ ਹਿੰਦੂ ਰਾਸ਼ਟਰ ਉਹ ਤਾਂ ਅਗਲੇ ਨੇ ਬਣਾ ਲੈਣਾ ਹੀ ਠੋਕੇ ਤਾਂ 2025 ਤੱਕ ਇਹ ਵੀਰਾਂ ਕਰਕੇ ਲੈ ਕੇ ਗਏ ਆਂ ਅਸੀਂ ਆ ਜਿਹੜੇ ਬਾਹਰ ਸੋ ਬਾਈ ਬਾਈ ਵਿਨੀ ਪੱਗ ਵਾਲਾ ਕਹਿੰਦਾ ਮੈਂ 6 ਮਹੀਨੇ ਬਾਅਦ ਹਿੰਦੁਸਤਾਨ ਜਾਣਾ ਤਾਂ ਫਿਰ ਇਹਨੇ ਵੀ ਬਾਈ ਨੇ ਉੱਥੋਂ ਨਾਲੇ ਚਾਰ ਬੋਤਲਾਂ ਪਿਸ਼ਾਬ ਦੀਆਂ ਪੀ ਆ ਕਰਨਗੀਆਂ ਅਸੀਂ ਨਾਲੇ ਡਿਊਟੀ ਫ੍ਰੀ ਤੋਂ ਖਰੀਦ ਲਿਆ ਕਰਨਗੀਆਂ ਅਸੀਂ ਗੋਹਾਗਾਹ ਲਿਆ ਕਰਨਾ ਸੀ ਉੱਥੋਂ ਸੋ ਆ ਹਾਲਾਤ ਹੋਣੇ ਸੀ ਹਿੰਦੁਸਤਾਨ ਦੇ ਸੋ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਸੋ ਮੈਂ ਤਾਂ ਉਹਨਾਂ ਦੀ ਵੇਟ ਕਰ ਰਿਹਾ ਕਾਲ ਦੀ ਮੈਂ ਸਪੈਸ਼ਲ ਉਹਨਾਂ ਨੂੰ ਰਿਕੁਐਸਟ ਕੀਤੀ ਆ ਸਟਾਰਟਿੰਗ ਦੇ ਵਿੱਚ ਕਿ ਮੈਨੂੰ ਨੰਬਰ ਉਹਨਾਂ ਦਾ ਯਾਦ ਆ ਤੇ ਜਰੂਰ ਪਲੀਜ਼ ਕਾਲ ਕਰਨ ਮੈਂ ਚਾਹੇ ਕਿਸ ਦੀ ਕਾਲ ਡ੍ਰੌਪ ਵੀ ਕਰਨੀ ਪਵੇ ਪਰ ਨਾਲ ਮੈਂ ਇੱਕ ਸ਼ਰਤ ਜ਼ਰੂਰ ਲਾਈ ਹੈ ਛੋਟੀ ਜੀ